ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ, ਸਾਬਰ ਕੋਟੀ ਸਾਹਿਬ ਵਾਸਤੇ, ਕਿਉਂਕਿ ਕਰਤਾਰਪੁਰ ਇੱਕ ਐਸੀ ਜਗ੍ਹਾ ਜਿੱਥੇ ਗਾਉਣ ਵਾਲੇ ਨੂੰ ਬੜਾ ਪਿਆਰ ਕਰਦੇ ਨੇ। ਬੜੇ ਪ੍ਰੋਗਰਾਮ ਕਵਾਲੀਆਂ ਦੇ ਜਾਗਰਣ ਸੁਣੇ ਕੀਤੇ ਜਾਂਦੇ ਨੇ, ਇੱਥੇ ਨਵੀਂ ਬੜੀ ਕੀਤੇ ਨੇ। ਸਾਬਰ ਭਾਅ ਜੀ ਤਾਂ ਬਿਲਕੁਲ ਨਾਲ ਦੇ ਪਿੰਡਾਂ ਤੋਂ, ਸਾਬਰ ਭਾਅ ਜੀ ਇਹ ਮੇਲਾ ਸਾਬਰ ਭਾਅ ਜੀ ਨੂੰ ਸਮਰਪਿਤ ਹੈ। ਸਾਬਰ ਕੋਟੀ ਸਾਹਿਬ ਨੂੰ ਉਹ ਬਣੇ ਨਹੀਂ, ਇੱਥੋਂ ਕਰਤਾਰਪੁਰ ਤੋਂ ਹੀ ਸਾਬਰ ਕੋਟੀ ਬਣਿਆ। ਨਿਰਦਲ ਕਰਤਾਰਪੁਰੀ ਸਾਹਿਬ ਇੱਥੇ ਬੜੇ ਸਾਰੇ ਸਾਡੇ ਭਰਾ ਰਹਿੰਦੇ ਨੇ। ਉਹਨਾਂ ਸਾਰੇ ਭਰਾਵਾਂ 'ਚੋਂ ਸਭ ਤੋਂ ਜਿਹੜਾ ਖੂਬਸੂਰਤ, ਵੱਡਾ ਅਤੇ ਪਿਆਰਾ ਅਤੇ ਬਹੁਤ ਇੱਜ਼ਤਦਾਰ ਨਾਮ ਹੈ ਉਹ ਮਦਨ ਲਾਲ ਮੜਾਰ ਸਾਹਿਬ ਮੇਰੇ ਭਰਾ ਨੇ ਵੱਡੇ ਕਰੀ, ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਤੋਂ ਬਹੁਤ ਗੁਰੇਜ਼ ਕਰਦੇ ਹੋ ਤੁਸੀਂ। ਤਾੜੀਆਂ ਬੜੀਆਂ ਅੱਛੀਆਂ ਚੀਜ਼ ਅੱਛੀ ਚੀਜ਼ ਹੈ, ਮਾੜੀ ਚੀਜ਼ ਨਹੀਂ। ਤਾੜੀ ਮਾਰ ਦੇਣੀ ਚਾਹੀਦੀ, ਮਾਰੋ ਜ਼ੋਰ ਤਾੜੀ ਜ਼ੋਰ। ਮੜਾਰ ਸਾਹਿਬ ਅਸੀਂ ਬੜੇ ਸ਼ੁਕਰਗੁਜ਼ਾਰ ਮੜਾਰ ਫੈਮਲੀ ਦੇ। ਉਸ ਤੋਂ ਬਾਅਦ ਮੜਾਰ ਸਾਹਿਬ ਮੇਰੇ ਭਰਾ ਤਾਂ ਹੈਗੇ ਹੀ ਨੇ, ਮੇਰੇ ਗੁਰ ਭਾਈ ਵੀ ਨੇ, ਕਿਉਂਕਿ ਮੇਰੇ ਪਾਪਾ ਦੇ ਸ਼ਾਗਿਰਦ ਨੇ ਅਤੇ ਹੰਸ ਭਾਅ ਜੀ ਵੀ ਉਹਨਾਂ ਦੇ ਸ਼ਾਗਿਰਦ ਨੇ, ਸਾਬਰ ਭਾਅ ਜੀ ਵੀ ਸ਼ਾਗਿਰਦ ਨੇ, ਜੱਸੀ ਭਾਅ ਜੀ ਸ਼ਾਗਿਰਦ ਨੇ, ਮੈਂ ਹੰਸ ਭਾਅ ਜੀ ਦਾ ਸ਼ਾਗਿਰਦ ਹਾਂ, ਮੇਰੇ ਚਾਚਾ ਗੁਰੂ ਜੀ ਵੀ ਨੇ। ਸੋ ਖਾਨਦਾਨ ਇੱਕ ਹੈ ਸਾਡਾ, ਸਾਰਿਆਂ ਦਾ ਪਟਿਆਲਾ ਘਰਾਨਾ। ਮੇਰੇ ਤੋਂ ਪਹਿਲਾਂ ਚਾਚਾ ਮਾਸ਼ਾ ਗਾ ਕੇ ਗਿਆ, ਦਿਲਜਾਨ ਨੇ ਗਾਇਆ, ਦਿਲਜਾਨ ਵੀ ਸਾਡੇ ਘਰਾਨੇ ਦਾ ਬੱਚਾ ਹੈ। ਸ਼ੁਰੂ ਕਰਾਂ ਜੀ ਮੈਂ, ਇਜਾਜ਼ਤ ਹੈ ਜੀ ਤੁਹਾਨੂੰ ਦਾਤਾ ਜੀ, ਇਜਾਜ਼ਤ ਹੈ ਜੀ ਤੁਹਾਨੂੰ। ਜੇ
राम लावले ता कुछ नहीं मेरे पल्ले जे तेरी रहमत बल्ले ता बल्ले 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 जितना दिया सरकार ने मुझको उतनी मेरी औकात नहीं है, ये कर्म है मेरे साईं का, वरना मुझ में तो कोई बात नहीं है। सुन कमली सोने ढोला मेरिया तेरे हथ विच डोरा एक दिन दिल अखियां कहिंदा तोड़े दिल विच फर्क नहीं पैंदा, एक दिन दिल अखियां कहिंदा तोड़े दिल विच फर्क नहीं पैंदा। ओ लड़दियां तुसीं ते फड़ ले मैनूं, लड़दियां तुसीं ते फड़ ले दिन दिल अखियां नूं कहिंदा तोड़े दिल विच फर्क नहीं पैंदा। अखियां कहिंदियां सुन वे दिल, अखियां कहिंदियां सुन वे दिला सन तू ही टिकण न पैंदा। Oh,
ਤੇ ਕੋਟ ਪਵਾ ਦਿੰਦੀ ਹਾਂ, ਜੇ ਮੁਰਸ਼ਦ ਨਾ ਅੱਖ ਲੜ ਜਾਵੇ ਤੇ ਬੇੜਾ ਬੰਨੇ ਲਾ ਦਿੰਦੀ। ਬੜੀ ਸੋਹਣੇ ਲਫ਼ਜ਼ ਨੇ ਸੁਣਨ ਵਾਲੇ, ਮੈਂ ਬੜੀ ਰੀਝ ਨਾਲ ਆਇਆ ਤੁਹਾਨੂੰ ਸੁਣਾਉਣ ਵਾਸਤੇ, ਜੇ ਤੁਸੀਂ ਰੀਝ ਨਾਲ ਸੁਣੋਗੇ ਤਾਂ ਮਜ਼ਾ ਆਏਗਾ। ਜਦ ਤਾਂ ਮੈਂ ਕੈਸੀ ਲਾਈਨਾਂ ਮੈਨੂੰ ਆ ਕੇ ਡੈਡੀ ਜੀ ਨੇ ਦੱਸੀਆਂ ਕੀ ਹੈ।
इस इश्क दी रीत है सब तो जो पता नहीं हो लगा तू यारो ये गल दा पता नहीं लगा सानू यारू इस गल का अखा का कसूर सारा दिल पिया चले दा इश्क ने कुंडिया Oh,
ਥੋੜੇ ਦੀ ਬਰਾਤ ਚੜੀ ਜਿਹਨਾਂ ਜਿਹਨਾਂ ਨੂੰ ਇਹ ਭਜਨ ਪਸੰਦ ਹੋਇਆ ਅੱਜ ਕਿਹੜਾ ਕਰੇ ਦੱਸੋ। ਸਾਈ ਗੁਰਮੁਖ ਦਾਸ ਜੀ ਵੀ ਭੋਲੇ ਦਾ ਹੀ ਰੂਪ ਸੀ ਸੁਰਜੀਤ ਜੀ, ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਤੁਹਾਡਾ ਕੀ ਪਤਾ ਨੀ ਮੈਨੂੰ ਪਿਆਰ ਕੀ ਹੁੰਦਾ ਪਰ ਤੇਰੇ ਬਿਨ ਜੀ ਨਹੀਂ ਹੁੰਦਾ, ਪਤਾ ਨੀ ਮੈਨੂੰ ਪਿਆਰ ਕੀ ਹੁੰਦਾ ਪਰ ਤੇਰੇ ਬਿਨ ਜੀ ਨਹੀਂ ਹੁੰਦਾ, ਛੜਿਆ ਪਰਿੰਦਾ ਏ ਜ਼ਰੂਰ ਨੀ ਦਿਲ ਤਕ ਤਕ ਕਰਦਾ, ਕੋਈ ਤਾਂ ਗੱਲ ਏ ਜ਼ਰੂਰ ਨੀ ਦਿਲ ਤਕ ਤਕ ਕਰਦਾ। ਬੜਾ ਅੱਛਾ ਗਾਣਾ ਸੀ, ਅਸੀਂ ਇੱਕ ਜ਼ਿੰਦਗੀ ਚ ਗਾਇਆ ਸੀ। ਹੋ ਦਿਲ ਵੀ ਗੱਲ ਯਾਰ ਦੀ ਆ, ਯਾਰ ਰਾਜ਼ੀ ਤੇ ਜੱਗ ਰਾਜ਼ੀ, ਯਾਰ ਨਹੀਂ ਰਾਜ਼ੀ ਤੇ ਜੱਗ ਨਾਲ ਕੋਈ ਮਤਲਬ ਨਹੀਂ। ਪਤਮ ਜੀ ਕੀ ਕਹਿੰਦਾ, ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ, 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 ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ। ਮੈਂ ਕੋਚੀ ਮੇਰੇ ਸੁਣਨ ਵਾਲੀਆਂ ਗੱਲਾਂ ਨਹੀਂ, ਆਮ ਗਾਣੇ ਤਾਂ ਗਾਉਣੇ ਹੀ ਦਿੰਦੇ ਆ, ਪਰ ਇਹ ਚੀਜ਼ਾਂ ਖਾਸ ਲਾਲ ਅਡੋਲੀ ਵਾਲਾ ਸਾਹਿਬ ਉਹਨਾਂ ਨੇ ਲਿਖਿਆ ਬੜਾ ਸੋਹਣਾ, ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ, ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ, ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ, ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ। ਮੈਂ ਖੋਜੀ ਮੇਰੇ ਕੰਮ ਵੀ ਖੋਜੇ, ਕਰਨ ਨਮਾਜ਼ ਨਾ ਰੱਖਦੀ ਕਹਿੰਦੇ ਨੇ, ਉਹਨਾਂ ਦੀ ਡਬਲ ਮਿਹਰਬਾਨੀ, ਕਿਉਂਕਿ ਚੰਗਰੇ ਜੱਗ ਤੋਂ ਮੈਂ ਕੁਝ ਨਾ ਕੁਝ ਇਹਨੇ ਕਹਿੰਦੇ ਆ,
I'm not afraid of the dark.
ਇੰਨਾ ਨਾ ਪਿਆਰ ਕਰ ਚੱਲਾ ਕਿਤੇ ਹੋ ਜਾਵਾਂ ਇੰਨਾ ਨਾ ਪਿਆਰ ਕਰ ਚੱਲਾ ਕਿਤੇ ਹੋ ਜਾਵਾਂ ਰੱਬ ਨਾ ਕਰੇ ਨੀ ਮੈਂ ਚੱਲਾ ਕਿਤੇ ਹੋ ਜਾਵਾਂ ਪਹਿਲੀ ਵਾਰੀ ਦੁਨੀਆ ਤੇ ਪਹਿਲੀ ਵਾਰੀ ਦੁਨੀਆ ਸਾਡੇ ਘਰਾਣੇ ਦਾ ਜਿਹੜਾ ਮੇਨ ਰਾਗ ਹੈ ਇਹ ਰਾਗ ਹੰਸ ਭਾਜੀ ਨੂੰ ਬੜਾ ਪਿਆਰਾ ਹੈ। ਇਨਫੈਕਟ ਸਾਡੇ ਸਾਰੇ ਜਿਹੜੇ ਗਾਉਣ ਵਾਲੇ ਬੰਦੇ ਨੇ ਹੰਸ ਭਾਜੀ ਸਰਦੂਲ ਭਾਜੀ ਮੈਂ ਨਾਚੀਜ ਸਾਬਰ ਭਾਜੀ ਆਰਾਮ ਬਰਾ ਤੇ ਕੋਈ ਕੋਈ Yeah.
मुर्शद की गल चल रही है उन्होंने समझ आ रही है जब इतना बिच तुम बोल रहे तो मज़ा नहीं आता। सुनो रणजीत बाबा साहब का बड़ा अच्छा एक मूवी ऐसी तूफान सिंह वो कवाली गाई से कि जो बंदा मुर्शद वाला हों जो मुर्शद के डेरे जाता है जो उन्हें धार लिया दिल से कि नहीं यार मैं हम रब के नाल ही जीना मैं ये कदम च ही जीना उदो की छट के आना पैदा तरह गौर करो ding dang da da ding dang da da ding dang 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 da बड़े मजेदार चीज है।
आते हैं कि वो काला हो गया, गोरा हो गया, लम्मा हो गया, एक मदरा हो गया, अगे नालों पतला हो गया कि मोटा हो गया, वो वेख के जा चुके हैं, पहले ही गाने से चले जाते जेड़े गाना सुनने वाले थोड़े ही बहुत होंगे जी, जे दो भी बैठे रहने इट मीन साड़ी जी इबादत है कामयाब है। इनसिक्योरिटी कभी फील नहीं होनी चाहिए, मैनू नहीं होंगी कभी इनसिक्योरिटी फील नहीं होंगी कि बनूंगा साडा, जेड़ा सच है वो सच रहना है। साल पूर्ण शाह गोडी साहब का पटियाला घराने का गाना सच है, वो सच ही रहेगा, झूठ की उम्र लंबी नहीं होती, घट होती है, सच की उम्र बहुत ज्यादा होती है। शुक्र करो पाइया मंदर ते कर ले लागे बैठे तो थोड़ा घट जोर लाओ। थैंक यू दुलजान, मेरे ख्याल पाई नहीं हजे, सुर पूरा लाया नहीं हजे, कोई नहीं घर जाके लाने, कोई नहीं एक ही तो गल है, जे मुंदरा पैदन से सफल है, रांझे के जिन्ना चेर पैया नहीं सी मुंदरा वो सफल नहीं सी हो रहा। हाँ
ਦੂਜਾ ਰੱਖ ਦੂਜਾ ਪੈਰ ਵੀ ਕਰਦੇ ਰਹੇ ਜਿਹੜੇ ਸ਼ਿਵਜੀ ਮਹਾਰਾਜ ਦੇ ਭਗਤ ਹੁਣ ਹੱਥ ਖੜਾ ਕਰਕੇ ਦੱਸੋ ਜਿਹੜੇ ਜਾ ਚੁੱਕੇ ਨੇ ਉਹ ਚਲੇ ਗਏ ਨੇ ਉਹਨਾਂ ਦੇ ਨਸੀਬਾਂ 'ਚ ਇਹ ਭਜਨ ਨਹੀਂ ਸੀ ਜਿਹਨਾਂ ਜਿਹਨਾਂ ਨੂੰ ਪਸੰਦ ਹੈ ਉਹ ਹੱਥ ਖੜਾ ਕਰਕੇ ਦੱਸੋ ਵੈਰੀ ਚਲੋ ਇਹ ਜਿਹੜਾ ਭਜਨ ਅਸੀਂ ਜਦੋਂ ਬਣਾਇਆ ਸੀ ਘੋੜੇ ਦੀ ਬਰਾਤ ਇਹ ਮੈਂ ਜਿੱਥੇ ਮਰਜ਼ੀ ਲਾ ਦਿੰਦਾ ਤਾਂ ਵਿਆਹ ਦਾ ਪ੍ਰੋਗਰਾਮ ਹੋ ਪਹਿਲੋਂ ਨਹੀਂ ਸੀ ਖਾਂਦਾ ਹੁੰਦਾ ਇੱਕ ਜਗ੍ਹਾ ਮੈਂ ਕਿਤੇ ਵਿਆਹ 'ਤੇ ਗਿਆ ਵੈਸੇ ਹੀ ਹਜੇ ਮੈਂ ਐਂਟਰ ਕਰਨਾ ਸੀ ਪੈਲਸ 'ਚ ਅਤੇ ਬਾਹਰੋਂ ਹੀ ਆਵਾਜ਼ ਸੁਣ ਗਈ ਦੁਲਾ ਦੁਲਹਨ ਨੱਚਣ ਡਿਆ ਜੀ ਭੋਲੇ ਦੀ ਆਵਾਜ਼ ਘੋੜੇ ਦੀ ਬਰਾਤ 'ਤੇ ਡੀਜਿਆਂ 'ਤੇ ਚੱਲ ਰਿਹਾ ਸਾਡਾ ਭੇਟ ਭਜਨ ਬੜੀ ਖੁਸ਼ੀ ਹੋਈ ਸੀ ਉਦੋਂ ਬੜੇ ਸਾਰੇ ਅਸੀਂ ਪੈਸੇ ਵੀ ਕਮਾ ਲਏ ਇਸ ਭਜਨ ਤੋਂ ਸ਼ੰਕਰ ਮਹਾਰਾਜ ਨੇ ਝੋਲੀਆਂ ਭਰੀਆਂ ਹੋਈਆਂ ਮਹਾਮਾਰੀ ਨੇ ਦਾਦੀ ਨੇ ਦਾਦਾ ਜੀ ਨੇ ਬਾਬਾ ਮਰਾਜ ਸ਼ਾਹ ਸਰਕਾਰ ਬਾਬਾ ਗੁਰਮੁਖ ਦਾਸ ਜੀ ਉਹਨਾਂ ਨੇ ਅਤੇ ਇਹਦਾ ਜਦੋਂ ਅਸੀਂ ਨਵਾਂ ਇੱਕ ਲੂਕ ਬਣਾਇਆ ਉਹ ਲੂਕ ਪਤਾ ਨਹੀਂ ਕਿੱਦਾਂ ਹਰ ਜਗ੍ਹਾ ਡਿਸਟ੍ਰੀਬਿਊਟ ਹੋ ਗਿਆ ਹਰ ਜਗ੍ਹਾ ਚਲੇ ਗਏ ਕਈਆਂ ਨੇ ਪੈਸਿਆਂ ਨਾਲ ਖਰੀਦ ਲਿਆ ਕਈਆਂ ਨੇ ਚੋਰੀ ਚੁੱਕ ਲਏ ਸਾਡੇ ਲੂਕ ਪਰ ਅਸੀਂ ਹੋਰ ਨਵਾਂ ਬਣਾ ਲਿਆ ਕੀ ਬਣਾਇਆ ਉਹ ਤੁਹਾਨੂੰ ਸੁਣਾਉਣ ਲੱਗੇ ਜਰਾ ਗੌਰ ਹੋਵੇ 1 2 3 4
ਹੋਰ ਗਾਵਾਂ ਮੈਂ ਜਿਹੜੇ ਸੁਣਨਾ ਚਾਹੁੰਦੇ ਕੋਈ ਲੱਗ ਕਰਕੇ ਨਾ ਸੀ।
चलो हाँ जी हाँ जी कड़ा कड़ा जी जी उस डॉली ने देखा सोनी का कड़ा डैडी गाँव होंगे उन्होंने तो वो कोई भी नहीं गा सकता साड़ी औकात नहीं कि उदा का कड़ा सुनाइए जो सुन लिया लोगों ने दिलजान दिलजान ने भी सुर क्षेत्र च गाया सी कड़ा उदो भी डैडी जी तो पुछ के असी दिलजान दे कड़े में जो मकबूलियत मिली जजिस दे आशा भोसले ने दिल तक पहुंचा तो उदे पिछे भी राज सी बैकग्राउंड सी जिदा दिलजान ने पहले दसिया कि सारा कुछ गुरु का ही है जो गाया जिन्ना भी गा सकिया वो गुरु जी वालों ही सी ते जो एक होर विच जो असलियत सी वो ये सी कि जदों दिलजान ने परफॉर्मेंस करनी सी इस घड़े की लोक गीत राउंड दे विच ते उस तो एक दिन पहला असी फिल्म दे कोल सी के स्टूडियो दे विच और कम से कम मेरे ख्याल डेढ़ घंटा फिल्म ने ऑनलाइन दिलजान नू फोन ते ओदी तैयारी करवाई सी वो कहदा तैयारी करवाई सी सारे शेरां दी जो जो भी गाउणा बेतहाशा गा के दस्या सीगा और ये भी कहता सी कि जो जो भी इहदे विच चक सकदा चक ले दिलजान अपने को दिलजान नू मैं जो गल कर रहा ओदी हकीकत दसनी है कि जो गल्लां आ ओह एवें नहीं हो जाए जो एवें नहीं बन जाए उन्होंने पिछे जो मेहनत छुपी होंगी क्योंकि वो पर्दे के पिछे होंगी वो सारे के सामने नहीं आती तो की होया सारे के सामने होंगे किदा होया वो बारे ज़्यादा लोगों को पता नहीं होंगे क्योंकि 90% चीज जो बिहाइंड द कर्टन पर्दे के पिछे होंगी सिर्फ 10% ही सामने आती है और वो ही साड़ी नॉलेज होंगी है जो साड़ी नॉलेज नहीं होंगे जो उस गीत की बैकग्राउंड है जो उस परफॉर्मेंस का बैकग्राउंड है वो मैं थोड़े सामने लेके आती है और बलिहारे आ गुरु जी के परिवार के पटियाला घराना भी साडा है ही हम साडा शाहकोटी घराना जो शुरू होया एक बार जोर दर्ता बहुत मेहरबानी माफ करना सी मैं पठार साहब का बड़ा फेवरेट गाना है असी इतने जो आने दरबार से बाबा जी का दाता जी वो बड़ा आपा जी हर बारी हुक्म लाते हैं शरणा च आ जाने हुक्म के बदले आ जाने बाकी इतने कोई पैसों की गल नहीं पैसे लैके गाने आने इतना की कोई गल नहीं इतने सिर्फ बढ़ार साहब की बदौलत आने दाता जी के चरणा च आने वो बुलाते हैं सानू बढ़ार साहब के जरिए Oh my God.
जिंदगी को लगे जगने जगने ओ सजना हो ये जग जूने में गल कलावती ऋषि ने सी तेरा थोड़ा जा कलावती चंद्रिका ऋषि का जी हां जी जो घर बैठे स्पेशल मेला देखने टोरंटो तो आया इन म्यूजिक ना बड़ा शौक है हाँ एक एक अंतर है
ਗਿਲਜਾਨ ਹੈ ਇੱਥੇ ਅਤੇ ਥੋੜ੍ਹਾ ਜਿਹਾ ਅੱਗੇ ਚਲੇ ਜਾਏ ਇੱਥੋਂ ਕਰਤਾਰਪੁਰ ਹੀ ਪਿਆ ਗਿਆ ਜਵਾਨ ਹੋਇਆ ਅਨਿਲ ਵਿਆਸ ਇੱਕ ਵਾਰੀ ਇਹਦੇ ਵਾਸਤੇ ਵੀ ਬਹੁਤ ਸਾਰੀਆਂ ਤਾੜੀਆਂ ਮਾਰੋ ਇਹ ਬੱਚਾ ਸਾਡਾ ਇਹ ਡੈਡੀ ਜੀ ਦਾ ਸ਼ਗਿਰਦ ਹੈ ਔਰ ਇਹਨੂੰ ਬਹੁਤ ਸਾਰਾ ਮਾਲਕ ਨੇ ਗਾਣਾ ਬਖਸ਼ਿਆ ਇਹਦਾ ਟਾਈਮ ਵੀ ਆਏਗਾ ਇਨਸ਼ਾਅੱਲਾ ਜ਼ਰੂਰ ਆਏਗਾ ਅੱਛੇ ਲੋਕਾਂ ਦਾ ਟਾਈਮ ਆਉਂਦਾ ਇੱਕ ਮਾਇਆ ਤੇਰੀ ਯਾਦ ਨਾ ਭੁੱਲਦੀ
Thank you.
ਕੋਲ ਨਹੀਂ ਚਲੋ ਜਾ ਬਿਨਾ ਜਿਹਦੀ ਬਿਨਾ ਜਿਹਦੀ ਮਗਰ ਕਮਜ਼ੋਰ ਬਿਨਾ ਬੀਤੇ ਜਿਹਦੀ ਬਿਨਾ ਬੀਤੇ ਜਿਹਦੀ ਦਮ ਡੋਲਦਾ ਉਹ ਗੁੰਜਦਾ ਤੁਰ ਜਾਂਬ ਉਹ ਗੁੰਜਦਾ ਤੁਰ ਜਾਂਦਾ ਮੈਂ ਗੰਢਾ ਕਰਨਾ ਚਾਹੀਦਾ ਮਿਕਸਾ ਹਾਂਜੀ ਹਾਂਜੀ ਅੱਜ ਕੜਾ ਕੜਾ ਜ਼ਰੂਰ ਸੁਣਾਉਣਾ ਯਾਰ ਕੜਾ ਕੜਾ ਮੈਂ ਸੁਣਾਉਣ ਲੱਗਾ ਸੰਗਤ ਤਾਂ ਜਾ ਕੇ ਸੌਂ ਗਈ ਹੈ ਅਤੇ ਜਿਹੜੇ ਅਸੀਂ ਐਕਚੁਲੀ ਸਿਰਫ ਅਤੇ ਸਿਰਫ ਇੱਥੇ ਦਾਤਿਆਂ ਕਰਕੇ ਆਉਂਦੇ ਹਾਂ ਸੰਗਤ ਨੂੰ ਬਥੇਰਾ ਗਾਣਾ ਸੁਣਾ ਲਈਦਾ ਸੁਣਾ ਵੀ ਲਿਆ ਪਰ ਇਹ ਨਹੀਂ ਆ ਕਿ ਜੇ ਸੰਗਤ ਘਰ ਚਲੀ ਗਈ ਤਾਂ ਅਸੀਂ ਸੁੱਤਾ ਪਾਏ
ਨੀ ਪਹਿਲੇ ਚੋਟ ਪਹਿਲੇ ਚੋਟ ਪਹਿਲੇ ਚੋਟ ਕਈਆਂ ਦੀ ਖਾਦੀ ਫਿਰ ਹੱਥ ਘੁੰਮਿਆਰ ਤੇ ਆਏ ਪਹਿਲੇ ਚੋਟ ਕਈਆਂ ਦੀ ਖਾਦੀ ਫਿਰ ਹੱਥ ਘੁੰਮਿਆਰ ਤੇ ਆਏ ਉਹਨੇ ਕੁੱਟ ਕੁੱਟ ਕੇ ਮੇਰਾ ਚੂਰਾ ਕੀਤਾ ਫਿਰ ਚੁਣਨੀ ਨਾਲ ਚੜਾਏ ਉਹਨੇ ਕੁੱਟ ਕੁੱਟ ਕੇ ਮੇਰਾ ਚੂਰਾ ਕੀਤਾ ਫਿਰ ਚੁਣਨੀ ਨਾਲ ਚੜਾਏ ਉਹਨੇ ਕੁੱਟ ਕੁੱਟ ਕੇ ਮੇਰਾ ਚੂਰਾ ਕੀਤਾ ਫਿਰ ਚੁਣਨੀ ਨਾਲ ਚੜਾਏ ਨਿਪਾਰੀ ਜਗਰਪੁਰ ਦਰਿਆ ਦਰਿਆ ਮੇਰੇ ਗੇੜੇ ਖੂਬ ਇਹ ਵੈਸੇ ਨਹੀਂ ਗਾਉਂਦੇ ਉਹਦੇ ਤੋਂ ਬਾਅਦ ਮੈਨੂੰ ਆਵੀ ਤੇ ਸਾਰੀਆਂ ਫਿਰ ਅਗਨੀ ਖੂਬ ਜਲਾਏ ਇੰਨੀਆਂ ਮੁਸੀਬਤਾਂ ਇੰਨੀਆਂ ਮੁਸੀਬਤਾਂ ਫਿਰ ਢਾਕ ਮਸ਼ੂਕ ਦਿਆ ਤੇਰੀ ਦੀ ਚਮਕ ਮਰਿੰਦੀ ਹੰਸੀ ਤੇਰੀ ਦੀ ਚਮਕ ਮਰਿੰਦੀ ਜਿਵੇਂ ਦਾਗ ਹੈ ਅਬਰਸ ਫਿਰ ਨੂੰ ਹਜਮਤੀ ਜਾ ਸੋਹਣੀ ਰੁੜਦੀ ਜਾਂਦੀ ਤਰਸ ਨਾ ਖਵਾਜ ਕਿੰਜਰ ਨੂੰ ਕੰਡੇ ਉੱਤੇ ਮੈਂ ਜਮਾਵੇ ਮੈਂ ਤਾਂ ਕਦੋਂ ਦੀ ਕਰੀ ਮੈਨੂੰ ਸੱਚ ਸੱਚ ਦੱਸ ਅੱਜ ਰੋਵਾਂਗੇ ਮੈਂ
प्यार दी कड़िया कसम मैनू तेरे प्यार दी कड़िया।